डेफिनेटली मैं एक ऑफिशियली प्रोग्राम नहीं अटेंड किया है, बट मैं श्री रामतर साहब एंड हरिमंदर साहब जरा नतमस्तक होने वास्ते आया, क्योंकि मैं इतों का रहने वाला, इतने मैं खालसा कॉलेज यूनिवर्सिटी पढ़िया और हमेशा ही जो खालसा कॉलेज पढ़ता सी तो मैं दरबार साहब छोटी उम्र तो ही आता जाता रहा और मेरी आस्था आ ਵੱਡੀ ਜ਼ਿੰਮੇਵਾਰੀ ਮਿਲੀ ਆ, ਇੱਕ ਮੰਤਰਾਲਾ ਮਿਲਿਆ, ਉਸ ਤੋਂ ਬਾਅਦ ਕਾਫੀ ਸਰਗਰਮ ਰਹਿੰਦੇ ਹੋ, ਕੀ ਮੁਸ਼ਕਲਾਂ ਦੇਖਣ ਨੂੰ ਮਿਲਦੇ ਲੋਕਾਂ ਦੀਆਂ? ਬਸ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ, ਅਸੀਂ ਮਿਹਨਤ ਕਰਨੀ ਆ, ਗੁਰੂ ਮਹਾਰਾਜ ਨੇ ਆਪੇ ਠੀਕ ਕਰਨਾ ਸੀ। ਦੂਜੇ ਪਾਸੇ ਅਕਾਲੀ ਬੀਜੇਪੀ ਦਾ ਗੱਠਜੋੜ ਵੀ ਹੋ ਗਿਆ, ਇੱਕ ਤਰ੍ਹਾਂ ਦਾ ਮੀਟਿੰਗ ਵੀ ਚੱਲਦੀ ਆ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਵੀ ਪਹਿਲਾਂ ਕਹਿ ਰਹੇ ਸੀ ਅਜਿਹਾ ਕਦੀ ਨਹੀਂ ਹੋਵੇਗਾ, ਫਿਰ ਉਹੀ ਮਤਲਬ ਚੀਜ਼ ਦੁਬਾਰਾ ਹੋ ਰਹੀ ਹੈ। ਇੱਕ ਪਾਰਟੀ ਜਿਹੜੀ ਸਿਆਸਤ ਦੇ ਵਿੱਚ ਹੁਣ ਆਈ ਹੈ, ਉਹਨੂੰ ਮਤਲਬ ਹਟਾਉਣ ਦੇ ਲਈ ਜਾਂ ਕਿਤੇ ਨਾ ਕਿਤੇ ਉਹਨੂੰ ਬੁਰਾ ਕਰਨ ਦੇ ਲਈ ਇਹ ਸਾਰਾ ਕੁਝ ਇਕੱਤਰ ਹੋ ਰਿਹਾ, ਇਸ ਨੂੰ ਕਿਵੇਂ ਦੇਖਦੇ? ਇਹਨਾਂ ਚੀਜ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੀ ਆਮ ਜਨਤਾ ਉਹਦਾ ਜੋ ਟਰੈਕ ਹੁੰਦਾ ਉਹੀ, ਜੋ ਜਨਤਾ ਐਕਸੈਪਟ ਕਰਦੀ ਉਹੀ ਹੁੰਦਾ। ਠੀਕ ਹੈ।